ਬਟਾਲਾ ਦੇ ਪੌਸ਼ ਇਲਾਕੇ ਦੇ ਵਿੱਚ ਬੱਚਿਆਂ ਦੇ ਇੱਕ ਨਿੱਜੀ ਸਕੂਲ ਦੇ ਨੇੜੇ ਦਿਨ ਦਿਹਾੜੇ ਗੋਲੀ ਚੱਲਣ ਦਾ ਕਾਰਨ ਜਿਹੜਾ ਹੈ ਦਹਿਸ਼ਤ ਦਾ ਮਾਹੌਲ ਬਣ ਗਿਆ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨਾਂ ਦੇ ਦੋ ਗੁੱਟਾਂ ਵਿੱਚ ਝਗੜੇ ਦੌਰਾਨ ਇੱਕ ਗੁੱਟ ਦੇ ਨੌਜਵਾਨ ਵੱਲੋਂ ਗੋਲੀ ਚਲਾ ਦਿੱਤੀ ਗਈ ਤੇ ਗੋਲੀ ਲੱਗਣ ਨਾਲ ਇੱਕ ਨੌਜਵਾਨ ਜ਼ਖਮੀ ਵੀ ਹੋਇਆ ਜਿਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਉੱਥੇ ਹੀ ਨੇੜੇ ਦੇ ਇੱਕ ਸਿਆਸੀ ਵਿਅਕਤੀ ਦੇ ਗਨਮੈਨ ਨੇ ਮੁਸ਼ਕਤ ਕਰਕੇ ਗੋਲੀ ਚਲਾਉਣ ਵਾਲੇ ਨੂੰ ਵੀ ਕਾਬੂ ਕਰ ਲਿਆ, ਪਰ ਪੁਲਿਸ ਫਿਲਹਾਲ ਗੋਲੀ ਚਲਾਉਣ ਵਾਲੇ ਬੇਕਾਬੂ ਆਉਣ ਦੀ ਗੱਲ ਨੂੰ ਮੰਨੇ ਰਹੀ ਹੈ। ਜਾਣਕਾਰੀ ਅਨੁਸਾਰ ਬਟਾਲਾ ਦੀ ਰਾਧਾ ਕ੍ਰਿਸ਼ਨ ਕਲੋਨੀ ਵਿੱਚ ਦਿਨ ਦਿਹਾੜੇ ਦੋ ਨੌਜਵਾਨਾਂ ਵੱਲੋਂ ਇੱਕ ਹੋਰ ਨੌਜਵਾਨ ਤੇ ਗੋਲੀ ਚਲਾਈ ਗਈ। ਜਦੋਂ ਗੋਲੀ ਚਲਾ ਕੇ ਨੌਜਵਾਨ ਫਰਾਰ ਹੋਏ ਤਾਂ ਇਨ੍ਹਾਂ ਦੇ ਪਿੱਛੇ ਆਮ ਆਦਮੀ ਪਾਰਟੀ ਦੇ ਸਵਰਨਕਾਰ ਸਿੰਘ ਦੇ ਸੂਬਾ ਪ੍ਰਧਾਨ ਯਸ਼ਪਾਲ ਚੌਹਾਨ ਦਾ ਗਨਮੈਨ ਪਿੱਛੇ ਲੱਗ ਗਿਆ ਤੇ ਕਰੀਬ ਇੱਕ ਘੰਟੇ ਦੀ ਮੁਸ਼ਕਤ ਮਗਰੋਂ ਗੋਲੀ ਚਲਾਉਣ ਵਾਲੇ ਦੋਸ਼ੀ ਨੂੰ ਅਤੇ ਉਸਦੇ ਕੋਲੋਂ ਵਾਰਦਾ ਸਮੇਂ ਵਰਤੀ ਗਈ ਪਿਸਟਲ ਸਮੇਤ ਉਸਨੂੰ ਗ੍ਰਿਫਤਾਰ ਕਰ ਲਿਆ। ਇਸ ਦੇ ਨਾਲ ਹੀ ਦੱਸ ਦੇਈਏ ਜਿਸ ਤੇ ਗੋਲੀ ਲੱਗੀ ਹੈ ਉਸਦਾ ਨਾਮ ਦਮਨ ਗੁਰਾਇਆ ਦੱਸਿਆ ਜਾ ਰਿਹਾ ਤੇ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਐਸਪੀ ਪੁਲਿਸ ਦਾ ਕਹਿਣਾ ਹੈ ਕਿ ਗੋਲੀ ਚੱਲਣ ਦੇ ਕਾਰਨ ਜਿਹੜਾ ਹੈ ਉਹ ਨੌਜਵਾਨ ਜਿਹੜਾ ਜਿਸ ਨੂੰ ਗੋਲੀ ਲੱਗੀ ਹੈ ਦਮਨ ਗੁਰਾਇਆ ਉਸਨੂੰ ਹਸਪਤਾਲ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਬਟਾਲਾ ਦੇ ਵਿੱਚ, ਪਰ ਉਸਦੀ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਤੇ ਦੂਸਰੇ ਪਾਸੇ ਜਿਸ ਹੈੱਡ ਕਾਂਸਟੇਬਲ ਰਾਜਕੁਮਾਰ ਨੇ ਗੋਲੀ ਚਲਾਉਣ ਵਾਲੇ ਦੋਸ਼ੀ ਨੂੰ ਫੜਿਆ ਹੈ ਉਸਦਾ ਕਹਿਣਾ ਹੈ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਡਿਊਟੀ ਤੇ ਪਹੁੰਚਿਆ ਸੀ ਤੇ ਉਹ ਜਸ਼ਪਾਲ ਚੌਹਾਨ ਉਹਨਾਂ ਦਾ ਗਨਮੈਨ ਹੈ। ਜਦੋਂ ਗੋਲੀ ਚੱਲਣ ਦੀ ਆਵਾਜ਼ ਆਈ ਤਾਂ ਉਸਨੇ ਦੇਖਿਆ ਕਿ ਇੱਕ ਨੌਜਵਾਨ ਆਪਣੀ ਦਬ ਦੇ ਵਿੱਚ ਪਿਸਟਲ ਵਾੜ ਰਿਹਾ ਅਤੇ ਭੱਜ ਰਿਹਾ। ਰਾਜਕੁਮਾਰ ਨੇ ਕਿਹਾ ਕਿ ਤੁਰੰਤ ਹੀ ਉਸ ਦਾ ਪਿੱਛਾ ਕਰਨ ਲੱਗ ਗਿਆ ਤੇ ਉਸਨੇ ਉਸਨੂੰ ਹਾਕ ਮਾਰ ਕੇ ਕਿਹਾ ਕਿ ਜੇ ਹੁਣ ਤੂੰ ਨਾ ਰੁਕਿਆ ਤਾਂ ਮੈਂ ਤੇਰੇ ਗੋਲੀ ਮਾਰ ਦਵਾਂ। ਪਰ ਫਿਰ ਵੀ ਉਹ ਜਦੋਂ ਨਾ ਰੁਕਿਆ ਤਾਂ ਰਾਜਕੁਮਾਰ ਉਸਦੇ ਮਗਰ ਭੱਜਦਾ ਹੋਇਆ ਕਾਫੀ ਦੂਰ ਤੱਕ ਚਲਾ ਗਿਆ, ਜਿੱਥੇ ਜਾ ਕੇ ਉਸਨੇ ਉਸ ਦੋਸ਼ੀ ਨੂੰ ਦਬੋਚ ਲਿਆ। ਉਸ ਕੋਲੋਂ ਇੱਕ ਪਿਸਟਲ ਵੀ ਰਿਕਵਰ ਕੀਤਾ ਗਿਆ। ਚਸ਼ਮਦੀਨ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਮੈਂ ਜਸ਼ਪਾਲ ਜਵਾਨ ਉਹਨਾਂ ਦਾ ਡਰਾਈਵਰ ਹਾਂ ਤੇ ਮੈਂ ਗੱਡੀ ਧੋ ਰਿਹਾ ਸੀ ਅਤੇ ਗੋਲੀ ਚੱਲਣ ਦੀ ਜਦੋਂ ਆਵਾਜ਼ ਆਈ ਤਾਂ ਉਸ ਮਗਰ ਮੈਂ ਆਪਣੇ ਨਾਲ ਹੀ ਜਿਹੜਾ ਹੈ ਉਸਦੇ ਮਗਰੋਂ ਮੈਂ ਆਪਣੇ ਸਾਥੀ ਦੇ ਗਨਮੈਨ ਨੂੰ ਜਿਹੜਾ ਹੈ ਉਸ ਨੂੰ ਦੱਸਿਆ ਤਾਂ ਤੁਰੰਤ ਸਾਡਾ ਗਨਮੈਨ ਜਿਹੜਾ ਹੈ ਉਸ ਦੇ ਪਿੱਛੇ ਗਿਆ ਤੇ ਉਸਨੂੰ ਫੜ ਲਿਆ। ਇਹ ਤਮਾਮ ਜਾਣਕਾਰੀ ਸਾਂਝੀ ਕੀਤੀ ਹੈ ਡਰਾਈਵਰ ਨੇ। ਮੈਂ ਉੱਥੇ ਸਾਹਮਣੇ ਗੱਡੀ ਰਿਹਾ ਸੀਗਾ, ਸਾਫ਼ ਕਰਨ ਰਿਹਾ ਸੀਗਾ ਅਤੇ ਇੱਧਰੋਂ ਮੈਂ ਸਾਹਮਣੇ ਅਚਾਨਕ ਹੀ ਦੇਖਿਆ ਕਿ ਮੈਂ ਕਿਹਾ ਪਟਾਕੇ ਪਟੂਕੇ ਬੱਚੇ ਚਲਾਉਂਦੇ ਨੇ, ਰੌਲਾ ਰੱਪਾ ਪੈਂਦੇ ਆ ਸਕੂਲ ਦੇ ਬੱਚਿਆਂ ਦਾ, ਅਤੇ ਅਚਾਨਕ ਹੀ ਉੱਧਰੋਂ ਮੈਂ ਵੇਖਿਆ ਕਿ ਮੁੰਡੇ ਮੇਰੇ ਵੱਲ ਅੱਧ ਨੂੰ ਹਾਡੇ ਵੱਲ ਭੱਜੇ ਆਏ ਨੇ ਅਤੇ ਵੈਪਨ ਮੇਰੇ ਸਾਹਮਣੇ ਉਹਨਾਂ ਨੇ ਡੱਬ ਚਲਾਇਆ ਵਾ। ਦੋ ਜਣੇ ਸੀਗੇ, ਪੈਦਲ ਸੀਗੇ, ਬਲੂ ਕਲਰ ਦੀ ਟੀ ਸ਼ਰਟ ਡਾਲੀ ਪਾਈ ਹੋਈ ਸੀ ਮੁੰਡੇ ਨੇ, ਅਤੇ ਫਿਰ ਰਾਜਕੁਮਾਰ ਜੀ ਉਹ ਪਿੱਛੇ ਗਿਆ ਸਾਡਾ ਗਨਮੈਨ ਜਿਹੜਾ ਅੰਕਲ ਦਾ, ਉਹ ਮਗਰ ਗਿਆ ਵਾ ਭੱਜਿਆ ਅਤੇ ਉਹਨੇ ਵਾਰਨਿੰਗ ਦਿੱਤੀ ਕਿ ਰੁਕ ਜਾਓ ਮੈਂ ਗੋਲੀ ਮਾਰ ਦੇਣੀ ਨਹੀਂ ਤੇ। ਇਹ ਬੱਚਾ ਪਤਾ ਨਹੀਂ ਮੇਰੇ ਖਿਆਲ ਕਹਿੰਦੇ ਸਕੂਲ ਦੀ ਕੋਈ ਗੱਲਬਾਤ ਬੱਚੇ ਕਿਸੇ ਨਾਲ ਹੈਗੀ ਕੁੰਦਕ, ਉਹਦੇ ਕਰਕੇ ਤੇ ਉਹ ਮੁੰਡੇ ਦੋ ਸੀਗੇ ਇੱਥੇ, ਪਤਾ ਨਹੀਂ ਲੰਘਦੇ ਪਏ ਸੀਗੇ ਕੌਣ ਸੀਗੇ, ਪਰ ਅਸੀਂ ਭੱਜੇ ਆਏ ਫਟਾਫਟ ਅਤੇ ਕੀ ਹੋਇਆ ਇੱਥੇ ਅਤੇ ਵੇਖਿਆ ਤਾਂ ਮੁੰਡੇ ਦੇ ਬਲੱਡ ਬਲੁੱਡ ਵਾਹਵਾ ਨਿਕਲਿਆ ਦਾ ਸੀਗਾ। ਕੌਣ ਲੈ ਗਿਆ? ਮੁੰਡੇ ਲੈ ਗਏ ਸਿਵਲ ਹਸਪਤਾਲ ਦੇ ਖਾਲ ਲੈ ਗਏ ਆ। 26-57 ਬਤੌਰੇ ਜਸਪਾਲ ਚੌਹਾਨ 9 ਵਜੇ ਆ ਜੇ, ਮੈਂ ਜਿੱਦਾਂ ਡਿਊਟੀ ਅੱਗੇ ਆਉਂਦਾ ਮੈਂ ਕੋਠੀ 'ਚ ਬੈਠਾ ਹਾਂ, ਮੈਨੂੰ ਇੱਥੇ ਅਚਾਨਕ ਗੋਲੀ ਦੀ ਆਵਾਜ਼ ਜਦੋਂ ਸੁਣੀ ਆ, ਮੈਂ ਮਗਰ ਮੇਰਾ ਦੀਪੂ ਡਰਾਈਵਰ ਸੀ, ਮੈਨੂੰ ਕਹਿੰਦਾ ਕਿੱਧਰ ਚੱਲਿਆ ਰਾਜਕੁਮਾਰ, ਮੈਂ ਇਹ ਬੰਦਾ ਬਲਿਊ ਪੈਂਟ ਪਾਈ ਸੀ ਸ਼ਰਟ ਚਿੱਟੀ ਪਾਈ ਸੀ, ਮੈਂ ਮਗਰ ਲੱਗ ਗਿਆ ਦੌਲੇ ਨਗਰ ਤੋਂ ਗਾਂਹ ਪਾਰ ਕਰ ਗਿਆ ਸੀ, ਉਹ ਨਹਿਰੂ ਗੇਟ ਜਾਮ ਕੇ ਘੇਰ ਲਿਆ ਮੈਂ ਜੱਫਾ ਮਾਰ ਕੇ ਇਹ ਗੋਲੀ ਚਲਾ ਕੇ ਦੌੜਾ। ਹਾਂਜੀ, ਜਦੋਂ ਗੋਲੀ ਚੱਲਦੀ ਹੈ ਬਾਊ ਜੀ ਗੋਲੀ ਦੀ ਆਵਾਜ਼ ਤਾਂ ਠਾ ਹੋਣਾ ਸੀ, ਕਿੰਨੀ ਕੁ ਦੂਰ ਜਾ ਕੇ ਫੜਿਆ? ਮੈਂ ਇਹਨੂੰ ਉਹ ਦੌਲੇ ਨਗਰ ਲੰਘ ਗਿਆ ਸੀ ਪਾਰ, ਨਹਿਰੂ ਗੇਟ ਤੋਂ ਅਗਲੇ ਬੰਨੇ ਵਿੱਚੋਂ ਫੜਿਆ ਗਲੀਆਂ 'ਚੋਂ। ਕਿੰਨੇ ਜਣੇ ਸੀ? ਚੱਕੜੀ 'ਚ ਇਹ ਦੋ ਜਣੇ ਸੀ, ਇੱਕ ਇਹਦਾ ਤੋਂ ਪਹਿਲਾਂ ਹੀ ਨਿਖੜ ਗਿਆ, ਇਹਦੇ ਕੋਲ ਪਿਸਟਲ ਸੀ, ਇਹ ਮੈਂ ਜੱਫਾ ਮਾਰ ਕੇ ਫੜ ਲਿਆ। ਜਦੋਂ ਫਿਰ ਤੁਸੀਂ ਇਹਨੂੰ ਫੜਨ ਲੱਗੇ ਇਹਨੇ ਕੋਈ ਗੋਲੀ ਚਲਾਉਣ ਦੀ? ਗੋਲੀ ਚਲਾਉਣ ਦੀ ਇਹਨੇ ਕੁਛ ਨਹੀਂ ਕੀਤੀ, ਮੈਂ ਇਮਾਨਦਾਰੀ ਨਾਲ ਦੇ ਦੇਗਾ ਚੰਗਾ ਰਹੂੰਗਾ, ਇਹਨੇ ਮੇਰੇ ਪਿਸਟਲ ਹਵਾਲੇ ਕਰਤਾ। ਹਾਂ, ਤੇ ਇਹਦੇ ਕੋਲ ਜਦੋਂ ਪਿਸਟਲ ਤੁਸੀਂ ਇਹਦੇ ਕੋਲ ਰਿਕਵਰ ਕੀਤੀ,
ਰਿਕਵਰ ਕੀਤਾ ਪਿਸਟਲ ਤੇ ਉਦੋਂ ਇਕੱਲਾ ਸੀ ਜਾਂ? ਇਕੱਲਾ ਸੀ, ਨਹਿਰੂ ਗੇਟ ਦੇ ਦੋ ਮੁਲਾਜ਼ਮ ਉਹਨਾਂ ਮੇਰੇ ਨਾਲ ਸਹਿਯੋਗ ਕੀਤਾ ਵਾ। ਮੈਂ ਕਿਹਾ ਇੱਧਰ ਬੰਦਾ ਭੱਜਾ ਵਾ, ਇਹ ਮਿਲਣਾ ਨਹੀਂ ਜੇ ਮੈਂ ਪਛਾਣ ਤੇ ਮੈਨੂੰ ਹੀ। ਮੈਂ ਮਗਰ ਚੜ੍ਹ ਕੇ ਇਹਨੂੰ ਜੱਫਾ ਮਾਰਿਆ, ਮੈਂ ਕਿਹਾ ਪਿਸਟਲ ਦੇ ਦੇਗਾ ਚੰਗਾ ਰਹੂੰਗਾ, ਨਹੀਂ ਤਾਂ ਮੈਂ ਡਰਾਇਆ ਇਹਨੂੰ। ਮੈਂ ਕਿਹਾ ਮੈਂ ਚੈਂਬਰ 'ਚ ਚਾੜੀ, ਮੈਂ ਗਰ ਲੱਤ 'ਚ ਗੋਲੀ ਮਾਰ ਦੇਣੀ ਆ ਤੇਰੇ। ਤੇਰੇ ਡਰਦਿਆਂ ਫੜਾ ਦਿੱਤਾ ਜੀ। ਕਿੰਨੀ ਕੁ ਮੁਸ਼ਕਲ ਕਰਨੀ? ਮਕਸਦ ਤੱਕ ਘੰਟਾ ਲੱਗਾ ਜੀ ਮੇਰਾ ਮਗਰ ਭੱਜਦਾ। ਇੱਥੋਂ ਵੇਖ ਲਓ ਆਪਣੀ ਕੋਠੀ ਤੋਂ ਕਿੰਨਾ ਟਾਈਮ ਲੱਗਦਾ, ਘੰਟਾ ਡੇਢ ਘੰਟਾ ਮਕਸਦ ਤੱਕ ਕਰਨੀ। ਪਿਸਟਲ ਤੇ ਬੰਦਾ ਕਿੱਥੇ ਆ? ਮੈਂ ਸਿਟੀ ਹਵਾਲੇ ਕਰਤਾ ਸੱਚੋ ਜੀ। ਮਿਲੀ ਸੀ ਕਿ ਰਾਧਾ ਕ੍ਰਿਸ਼ਨਨ ਕਾਲੋਨੀ ਦੇ ਵਿੱਚ ਗੋਲੀ ਚੱਲੀ ਹੈ ਅਤੇ ਇੱਕ ਲੜਕੇ ਦੇ ਜਿਹਦੇ ਇੰਜਰ ਹੋਇਆ, ਅਤੇ ਮੌਕੇ 'ਤੇ ਆ ਕੇ ਪਤਾ ਲੱਗਿਆ ਹੈ ਕਿ ਜਿਹੜਾ ਲੜਕਾ ਇੰਜਰਡ ਹੋਇਆ ਉਹਦਾ ਨਾਮ ਦਮਨ ਗੁਰਾਇਆ ਹੈ, ਜੋ ਕਿ ਹਾਥੀ ਗੇਟ ਅੰਮ੍ਰਿਤਸਰ ਦਾ ਹਾਥੀ ਗੇਟ ਬਟਾਲਾ ਦਾ ਰਹਿਣ ਵਾਲਾ ਹੈ। ਅਤੇ ਉਹਦੇ ਨਾਲ ਦੋ ਉਹਦੇ ਯਾਰ ਦੋਸਤ ਸੀਗੇ ਜਿਹੜੇ ਉਹਨੂੰ ਹੁਣ ਹੋਸਪਿਟਲ ਲੈ ਕੇ ਗਏ ਨੇ, ਅਮਨਦੀਪ ਹੋਸਪਿਟਲ ਉਹਨੂੰ ਰੈਫਰ ਕਰ ਦਿੱਤਾ ਗਿਆ ਸਿਵਲ ਹੋਸਪਿਟਲ ਤੋਂ ਬਾਅਦ। ਅਤੇ ਜਿਹੜੇ ਦੋਸ਼ੀ ਨੇ ਉਹ ਦੋ ਅਨਨੋਨ ਨੇ, ਅਤੇ ਅਸੀਂ ਹੁਣ ਮੌਕੇ 'ਤੇ ਉਹਦਾ ਸਟੇਟਮੈਂਟ ਲੈ ਕੇ ਐਫ ਆਈ ਆਰ ਰਜਿਸਟਰ ਕਰਕੇ ਜਲਦ ਤੋਂ ਜਲਦ ਦੋਸ਼ੀ ਨੂੰ ਫੜਾਂਗੇ। ਗੋਲੀ ਚੱਲੀ ਸਰ, ਉਹ ਫੜੇ ਗਏ ਬੱਚੇ ਆ ਜਾਂ ਜਿਨ੍ਹਾਂ ਦੇ ਉੱਤੇ ਗੋਲੀ ਜੀ? ਹਜੇ ਪ੍ਰੀਲਿਮਨਰੀ ਕੁਛ ਵੀ ਕਹਿਣਾ ਮੁਸ਼ਕਿਲ ਹੈ। ਅਸੀਂ ਤੁਹਾਨੂੰ ਦੱਸਿਆ ਕਿ ਮੌਕੇ 'ਤੇ ਅਸੀਂ ਸਾਰਾ ਜਾਇਜ਼ਾ ਲੈ ਲਿਆ, ਹੁਣ ਅਮਨਦੀਪ ਹੋਸਪਿਟਲ ਸਾਡੀ ਟੀਮ ਜਾ ਰਹੀ ਹੈ ਉਹਨਾਂ ਮੁਦਈਆਂ ਨੂੰ ਜਿਹੜੇ ਜਿਹੜੇ ਇੰਜਰਡ ਹੈਗਾ, ਜਿਹੜਾ ਦਮਨ ਗੁਰਾਇਆ ਅਤੇ ਉਹਦੇ ਦੋਸਤ ਨੇ ਜਿਹੜੇ, ਜਿਨ੍ਹਾਂ ਨੇ ਦੱਸਿਆ ਕਿ ਅਸੀਂ ਵੀ ਉੱਥੇ ਨਾਲ ਸੀਗੇ ਉਸ ਟਾਈਮ 'ਤੇ, ਉਹਨਾਂ ਨਾਲ ਤਾਲਮੇਲ ਕਰਦੇ ਹਾਂ। ਤਾਂ ਜਿਹੜੀ ਗੋਲੀ ਚਲਾਈ ਉਹ ਫੜਿਆ ਗਿਆ ਕਿਤੇ? ਨਹੀਂ, ਪਿਸਟਲ ਵੀ ਬਰਾਮਦ ਹੋਈ ਜੀ, ਹਜੇ ਪਾਰਟ ਆਫ ਇਨਵੈਸਟੀਗੇਸ਼ਨ ਹੈ, ਹਜੇ ਇਹਨੂੰ ਤੁਹਾਨੂੰ ਸਾਰੀ ਡਿਟੇਲ ਬਾਅਦ ਵਿੱਚ ਦੱਸਦੇ ਹਾਂ। ਮੈਂ ਬ੍ਰਦਰ ਕਹਿ ਰਿਹਾ ਕਿ ਇਹ ਥੋੜ੍ਹੀ ਦੇਰ ਦਵੋ ਤੁਹਾਨੂੰ ਡਿਟੇਲ ਦੇ ਵਿੱਚ, ਅਸੀਂ ਸਾਰੀ ਜਿਹੜੀ ਹੈਗੀ ਹੈ ਸੀਸੀਟੀਵੀ ਹੈਗੀਆਂ ਨੇ ਜੀ, ਅਸੀਂ ਸਾਰੇ ਕਿਉਂਕਿ ਸੰਘਣਾ ਇਲਾਕਾ ਹੈ ਅਤੇ ਅਸੀਂ ਸਾਰੀ ਸੀਸੀਟੀਵੀ ਐਕਸਪਲੋਰ ਕਰ ਰਹੇ ਹਾਂ, ਅਤੇ ਉਹ ਤੋਂ ਬਾਅਦ ਤੁਹਾਨੂੰ ਸਾਰੀ ਡਿਟੇਲਸ ਵਿੱਚ ਦੱਸਿਆ ਜਾਏਗਾ। ਚਲੋ।